ਅੱਛਾ ਕਰਮਜੀਤ ਸਿੰਘ ਇਹ ਦੱਸੋ ਵੀ ਜਿਹੜੀ ਸਰਜਰੀ ਤੁਸੀਂ ਕਰਾਈ ਆ ਮੋਟਾਪੇ ਵਾਸਤੇ ਜਿਹੜੇ ਐਮਜੀਬੀ ਇਹ ਕਿਵੇਂ ਤੁਹਾਡਾ ਮਨ ਬਣਿਆ ਸੀ ਕਿੱਦਾਂ ਪਤਾ ਲੱਗਿਆ ਤੁਹਾਨੂੰ ਭੋਲੇ ਅੰਕਲ ਨਹੀਂ ਸੀਗੇ ਹਾਂ 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 ਉਹਨਾਂ ਨੇ ਕਰਾਇਆ ਰਾਈਟ 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 ਕਿੰਨਾ ਵੇਟ ਘਟਿਆ ਤੁਹਾਡਾ ਮੇਰਾ 44 ਕਿਲੋ ਜੀ 6 ਮਹੀਨੇ ਹੋ ਗਏ ਨਾ ਆਪਰੇਸ਼ਨ ਨੂੰ ਹਾਂਜੀ 127 ਸੀਗਾ ਅਤੇ ਅੱਜ 83 ਆ ਹਾਂਜੀ ਕੀ ਫਾਇਦਾ ਕੀ ਹੋਇਆ ਆਪਾਂ ਨੂੰ ਭਾਰ ਘਟਾਉਣ ਦਾ ਫਾਇਦਾ ਇਹ ਜੀ ਸਾਹ ਨਹੀਂ ਚੜ੍ਹਦਾ ਅੱਛਾ ਨਾਲੇ ਕੋਈ ਦਿੱਕਤ ਨਹੀਂ ਯਾਰ ਦੋਸਤ ਕਹਿੰਦੇ ਵੀ ਹੁਣੇ ਵੀ ਮੂੰਹ ਛੋਟਾ ਜਿਹਾ ਨਿਕਲਿਆ ਹਾਂਜੀ ਨਹੀਂ ਹਾਂਜੀ ਫਿਰ ਲੱਗਦਾ ਨਹੀਂ ਪਹਿਲਾਂ ਰੋਬ ਜ਼ਿਆਦਾ ਸੀਗਾ ਨਹੀਂ ਨਹੀਂ ਹੁਣ ਸਹੀ ਹੈ ਜੀ ਹੁਣ ਠੀਕ ਆ ਹਾਂਜੀ ਹਲਕੇ ਹੋਣਾ ਜਿਹੜਾ ਇਹ ਜ਼ਿਆਦਾ ਫਿਟਨੈਸ ਹੈ ਹਾਂਜੀ ਠੀਕ ਆ ਪਰ ਤੁਹਾਨੂੰ ਲੋੜ ਆ ਕਿ ਨਾਲ ਥੋੜ੍ਹੇ ਪੁਸ਼ਅਪਸ ਸਿਟਅਪਸ ਥੋੜ੍ਹੀ ਵਰਜਿਸ਼ ਦੀ ਲੋੜ ਆ ਤਾਂ ਕਿ ਮਸਲ ਟੋਨ ਆਪਣੀ ਬਣੀ ਰਹੇ ਠੀਕ ਖਾ ਤਾਂ ਲੈਂਦੇ ਹੋ ਨੋਰਮਲ ਰੋਟੀਆਂ ਇੱਕ ਦੋ ਰੋਟੀਆਂ ਆਰਾਮ ਨਾਲ ਖਾਧੀ ਜਾਂਦੀ ਐਂ ਤਾਂ ਨਹੀਂ ਹੁੰਦਾ ਉਲਟੀ ਵਗੈਰਾ ਕੋਈ ਆਉਂਦੀ ਹੈ ਨਹੀਂ ਆਰਾਮ ਨਾਲ ਅਤੇ ਵਿਟਾਮਿਨ ਵਗੈਰਾ ਆਪਣੇ ਰੈਗੂਲਰ ਖਾਂਦੇ ਰਹਿਣਾ ਤੁਸੀਂ ਠੀਕ ਹੈ